Hallelujah. Thank you, Jesus. Thank you, Jesus. Thank you, Jesus. Hallelujah. So, sab jan jinne janai jis prarthna na jut chuke ha, tada sabna da swagat karde ha jeevit parmeshwar di jeevit presence de vich jithe aake zindagiyan halaat parmeshwar generation tak seer ne chhadde. So, sab jan apne hathaan utha ke us parmeshwar da jeevit parmeshwar da dhanyavaad karna shuru karo. Kaho ki parmeshwar, main amrit vele taiyari karke teri zinda presence de vich ha parmeshwar. ਹੋਲੀ ਸਪਿਰਿਟ, ਤੁਹਾਡਾ ਸਵਾਗਤ ਕਰਦੇ ਹਾਂ, ਤੁਹਾਡਾ ਓਨਰ ਕਰਦੇ ਹਾਂ. ਪਵਿੱਤਰ ਆਤਮਾ, ਤੁਹਾਡੇ ਤੋਂ ਬਿਨਾਂ ਅਸੀਂ ਕੁਛ ਨਹੀਂ ਹਾਂ. ਗੁੱਡ ਮੋਰਨਿੰਗ ਹੋਲੀ ਸਪਿਰਿਟ. ਆਓ ਖੁਦਾਵੰਦ ਪਾਕ ਕਰੋ, ਸਾਡੀਆਂ ਜ਼ਬਾਨਾਂ ਨੂੰ ਮਸਾ ਕਰੋ, ਸਾਡੀ ਜ਼ਿੰਦਗੀ ਨੂੰ ਮਸਾ ਕਰੋ, ਹੋਟਾਂ ਨੂੰ ਮਸਾ ਕਰੋ. ਪਰਮੇਸ਼ੁਰ, ਮੈਂ ਆਪਣੇ ਆਪ ਨੂੰ ਤੇਰੇ ਹੱਥਾਂ 'ਚ ਸਮਰਪਿਤ ਕਰਦੀ ਹਾਂ. ਪਰਮੇਸ਼ੁਰ ਖੁਦਾਵੰਦ, ਤੇਰੇ ਅਨੁਗ੍ਰਹਿ ਤੇਰੀ ਦਇਆ ਨੂੰ ਮੈਂ ਮੰਗਦਾ. ਪਰਮੇਸ਼ੁਰ ਖੁਦਾਵੰਦ, ਮੈਂ ਆਪਣੇ ਹੱਥਾਂ ਨੂੰ ਉਠਾ ਕੇ ਪਰਮੇਸ਼ੁਰ ਧੰਨਵਾਦ ਅਤੇ ਸ਼ੁਕਰਗੁਜ਼ਾਰੀ ਦੇ ਨਾਲ, ਜੈ ਜੈਕਾਰਾਂ ਦੇ ਨਾਲ ਤੇਰੀ ਜ਼ਿੰਦਾ ਪ੍ਰੈਜੈਂਸ ਵਿੱਚ ਪ੍ਰਵੇਸ਼ ਕਰਦਾ. ਖੁਦਾਵੰਦ, ਤੇਰੀ ਵੱਡੀ ਦਇਆ, ਤੇਰੀ ਵੱਡੀ ਕਰੁਣਾ ਦੇ ਲਈ ਤੇਰਾ ਧੰਨਵਾਦ ਕਰਦਾ. ਪਰਮੇਸ਼ੁਰ, ਤੇਰੀ ਤਾਰੀਫ ਕਰਦਾ ਜੋ ਤੂੰ ਪੂਰੀ ਰਾਤ ਮੈਨੂੰ ਸੰਭਾਲਿਆ, ਅੱਜ ਦਾ ਦਿਨ ਦਿਖਾਇਆ, ਜ਼ਿੰਦਿਆਂ ਦੀ ਜ਼ਮੀਨ ਤੇ ਰੱਖਿਆ, ਹਰ ਤਰ੍ਹਾਂ ਨੇਕਾ ਖੌਫ ਖਤਰਿਆਂ ਤੋਂ ਬਚਾਇਆ ਵਾ. ਪਰਮੇਸ਼ੁਰ ਤੇਰਾ ਧੰਨਵਾਦ ਯਹੋਵਾ. ਖੁਦਾਵੰਦ, ਖੁਦਾ ਯਿਸੂ ਮਸੀਹ ਦੇ ਨਾਮ ਵਿੱਚ ਪਿਤਾ ਤੇਰੀ ਤਾਰੀਫ ਕਰਦੇ. ਪਰਮੇਸ਼ੁਰ, ਯਿਸੂ ਮਸੀਹ ਦੇ ਨਾਮ ਨੂੰ ਮਹਿਮਾ ਦਿੰਦੇ, ਕਿਉਂਕਿ ਉਹੀ ਸੱਚਾ ਇੱਕੋ ਜ਼ਿੰਦਾ ਮਾਤਰ ਪਰਮੇਸ਼ੁਰ ਆ, ਮੇਰੇ ਖੁਦਾ ਜਿਹਾ ਔਰ ਕੋਈ ਖੁਦਾ ਨਹੀਂ. ਕਹੋ ਕਿ ਪਰਮੇਸ਼ੁਰ, ਖੁਦਾਵੰਦ, ਮੈਂ ਤੈਨੂੰ ਪਿਆਰ ਕਰਦਾ. ਪਰਮੇਸ਼ੁਰ, ਮੈਂ ਜਾਣਦਾ ਕਿ ਤੇਰਾ ਪਿਆਰ ਮੇਰੇ ਪਿਆਰ ਨਾਲੋਂ ਕਿਤੇ ਵੱਧ ਗਿਆ, ਔਰ ਤੂੰ ਆਪਣੇ ਇਕਲੌਤੇ ਪੁੱਤਰ ਪ੍ਰਭੂ ਯਿਸੂ ਮਸੀਹ ਦਾ ਵੀ ਸਰਫਾ ਨਾ ਕੀਤਾ. ਪਰਮੇਸ਼ੁਰ ਖੁਦਾਵੰਦ, ਤੇਰੇ ਉਸ ਪਿਆਰ ਦੇ ਲਈ, ਤੇਰੀ ਉਸ ਦਇਆ ਦੇ ਲਈ, ਤੇਰੀ ਉਸ ਵਫ਼ਾਦਾਰੀ ਦੇ ਲਈ ਪਰਮੇਸ਼ੁਰ ਤੇਰਾ ਧੰਨਵਾਦ ਕਰਦੇ ਪਿਤਾ. ਤੇਰੇ ਉਸ ਬਹਿੰਦੇ ਲਹੂ ਦੇ ਲਈ ਪਰਮੇਸ਼ੁਰ, ਤੇਰੇ ਕੋੜਿਆਂ, ਤੇਰੇ ਕਿੱਲਾਂ ਦੇ ਲਈ ਪਰਮੇਸ਼ੁਰ ਤੇਰਾ ਧੰਨਵਾਦ ਕਰਦੇ. ਪਰਮੇਸ਼ੁਰ ਖੁਦਾਵੰਦ ਯਹੋਵਾ, ਪਰਮੇਸ਼ੁਰ ਤੇਰੀ ਤਾਰੀਫ ਕਰਦੇ ਹਾਂ. ਸੋ ਸਭ ਜਣ ਆਪਣੇ ਹੋਟਾਂ ਨੂੰ ਖੋਲਦੇ ਹਾਂ, ਤਾਰੀਫ ਕਰਨੀ ਸ਼ੁਰੂ ਕਰੋ. ਉਹਨਾਂ ਸਾਰੀਆਂ ਗਵਾਹੀਆਂ ਨੂੰ, ਉਹਨਾਂ ਸਾਰੀਆਂ ਭਲਿਆਈਆਂ ਨੂੰ ਪਰਮੇਸ਼ੁਰ ਦੀਆਂ ਨੂੰ ਯਾਦ ਕਰਨਾ ਸ਼ੁਰੂ ਕਰੋ. ਜਦ ਵੀ ਤੁਹਾਨੂੰ ਤੁਸੀਂ ਉਹਨੂੰ ਪੁਕਾਰਿਆ, ਉਹਨੇ ਤੁਹਾਨੂੰ ਉੱਤਰ ਦਿੱਤਾ. ਜਦ ਤੁਸੀਂ ਡਿੱਗੇ, ਉਹਨੇ ਤੁਹਾਨੂੰ ਚੁੱਕਿਆ. ਜਦ ਤੁਸੀਂ ਟੁੱਟੇ, ਉਹਨੇ ਤੁਹਾਡੇ ਟੁੱਟੇ ਦਿਲਾਂ 'ਤੇ ਪੱਟੀ ਬੰਨੀ. ਜਦ ਤੁਸੀਂ ਲੜਖੜਾਏ, ਉਹਨੇ ਤੁਹਾਨੂੰ ਸੰਭਾਲਿਆ. ਇੱਕ ਇੱਕ ਗੱਲ ਨੂੰ ਯਾਦ ਕਰੋ, ਉਹਦੀ ਵਫ਼ਾਦਾਰੀ ਨੂੰ ਯਾਦ ਕਰੋ, ਉਹਦੇ ਪਿਆਰ ਨੂੰ ਯਾਦ ਕਰੋ, ਉਹਦੇ ਵਚਨਾਂ ਨੂੰ ਯਾਦ ਕਰੋ. ਕਹੋ ਕਿ ਪਰਮੇਸ਼ੁਰ, ਸੱਚਮੁੱਚ ਪਰਮੇਸ਼ੁਰ, ਮੈਂ ਤੇਰੇ ਕੋੜੇ ਖਾਣ ਨਾਲ ਪਰਮੇਸ਼ੁਰ ਚੰਗਾ ਹੋ ਚੁੱਕਿਆ. ਪਰਮੇਸ਼ੁਰ, ਮੈਂ ਤੇਰੇ ਲਹੂ ਵਹਾਉਣ ਨਾਲ ਖਰੀਦਿਆ ਜਾ ਚੁੱਕਿਆ. ਪਰਮੇਸ਼ੁਰ, ਤੇਰੇ ਸੁਸਮਾਚਾਰ ਦੇ ਨਾਲ ਮੈਂ ਅਮੀਰ ਹੋ ਚੁੱਕਿਆ. ਪਰਮੇਸ਼ੁਰ, ਸੱਚਮੁੱਚ ਤੂੰ ਮੈਨੂੰ ਰੂੜੀ ਤੋਂ ਚੱਕ ਕੇ ਪਤਵੰਤਾ ਵਿੱਚ ਬਿਠਾਇਆ. ਪਰਮੇਸ਼ੁਰ, ਤੂੰ ਮੇਰੇ ਹੱਥਾਂ ਨੂੰ ਯੁੱਧ ਕਰਨਾ ਸਿਖਾਇਆ. ਪਰਮੇਸ਼ੁਰ, ਕਿਉਂਕਿ ਤੂੰ ਆਪਣੇ ਵਚਨ ਦੇ ਵਿੱਚ ਲਿਖਿਆ, ਜੋ ਸਭ ਸ਼ਕਤੀਮਾਨ ਦੇ ਸਾਹੇ ਟਿਕੇਗਾ, ਯਹੋਵਾ ਦੇ ਵਿਖੇ ਆਖੇਗਾ ਕਿ ਉਹ ਮੇਰੀ ਪਨਾਹ ਅਤੇ ਮੇਰਾ ਗੜ ਹੈ. ਮੇਰਾ ਪਰਮੇਸ਼ੁਰ, ਜਿਹਦੇ ਉੱਤੇ ਮੈਂ ਭਰੋਸਾ ਰੱਖਦਾ, ਤੈਨੂੰ ਫਾਂਦੀ ਦੀ ਫਾਈ ਵਿੱਚੋਂ ਅਤੇ ਕਾਤਕ ਮਰੀ ਤੋਂ ਛੁਟਕਾਰਾ ਦੇਵੇਗਾ. ਉਹ ਆਪਣੇ ਖੰਭਾਂ ਨਾਲ ਤੈਨੂੰ ਟੱਕ ਲਵੇਗਾ, ਉਹਦੇ ਪਰਾਂ ਹੇਠ ਤੂੰ ਪਨਾਹ ਲਵੇਗਾ. ਉਹਦੀ ਸੱਚਾਈ ਕਟਾਲ ਅਤੇ ਫਰੀਅ ਤੂੰ ਰਾਤ ਦੇ ਪੈਜਲ ਤੋਂ ਨਾ ਡਰੇਗਾ, ਨਾ ਦਿਨ ਦੇ ਉੱਡਦੇ ਬਾਂਹ ਤੋਂ, ਨਾ ਉਸ ਮਰੀ ਤੋਂ ਜੋ ਹਨੇਰੇ ਵਿੱਚ ਚੱਲਦੀ ਹੈ, ਨਾ ਉਸ ਤਬਾਹੀ ਤੋਂ ਜਿਹੜੀ ਦੁਪਹਿਰ ਨੂੰ ਉਜਾੜਦੀ ਹੈ. ਤੇਰੇ ਮੁੱਢ ਹਜ਼ਾਰ, ਤੇਰੇ ਸੱਜਾ 10,000 ਡਿੱਗਣਗੇ, ਪਰ ਕੋਈ ਤੇਰੇ ਨੇੜੇ ਨਾ ਆਵੇਗੀ. ਕੇਵਲ ਤੂੰ ਆਪਣੀਆਂ ਅੱਖਾਂ ਨਾਲ ਨਿਗਾਹ ਕਰੇਗਾ ਅਤੇ ਦੁਸ਼ਟਾਂ ਦਾ ਬਦਲਾ ਵੇਖੇਗਾ. ਹੇ ਯਹੋਵਾ, ਤੂੰ ਤੇ ਮੇਰੀ ਪਨਾਹ ਗਾ ਹੈ, ਤਾਂ ਤਮਾਂ ਨੂੰ ਆਪਣੇ ਵੱਸੋ ਕਰ ਲਿਆ, ਤੇਰੇ ਉੱਤੇ ਕੋਈ ਬੁਰਿਆਈ ਨਾ ਪਵੇਗੀ. ਖੁਦਾਵੰਦ, ਸੱਚਮੁੱਚ ਪਰਮੇਸ਼ੁਰ, ਯਹੋਵਾ ਪਰਮੇਸ਼ੁਰ, ਮੈਂ ਸੱਜੇ ਹਾਂ, ਮੈਂ ਖੱਬੇ ਹਾਂ. ਪਰਮੇਸ਼ੁਰ ਖੁਦਾਵੰਦ, ਕੋਈ ਅੰਧਕਾਰ ਦੀ ਸ਼ੈਤਾਨੀ ਤਾਕਤ ਮੈਨੂੰ ਘੇਰ ਨਾ ਸਕੇਗੀ. ਪਰਮੇਸ਼ੁਰ ਖੁਦਾਵੰਦ, ਸੱਚਮੁੱਚ ਤੇਰਾ ਲਹੂ ਜੋ ਹਾਬਲ ਦੇ ਲਹੂ ਤੋਂ ਉੱਤਮ ਗੱਲਾਂ ਨੂੰ ਬੋਲਦਾ. ਪਰਮੇਸ਼ੁਰ, ਮੈਂ ਜਿੱਥੇ ਜਾਣਾ, ਮੈਂ ਜੋ ਕਰਦਾ, ਉਹ ਮੇਰੇ ਲਈ ਉੱਤਮ ਗੱਲਾਂ ਨੂੰ ਬੋਲਦਾ. ਪਰਮੇਸ਼ੁਰ, ਉਹ ਮੇਰੇ ਲਈ ਬੰਦ ਰਸਤਿਆਂ ਨੂੰ ਖੋਲ੍ਹਦਾ. ਪਰਮੇਸ਼ੁਰ, ਮੈਨੂੰ ਪਾਕ ਅਤੇ ਸਾਫ਼ ਕਰਦਾ, ਮੇਰੇ ਪਾਪਾਂ ਤੋਂ ਮੈਨੂੰ ਸ਼ੁੱਧ ਕਰਦਾ. ਪਰਮੇਸ਼ੁਰ, ਔਰ ਖੁਦਾਵੰਦ, ਮੈਨੂੰ ਸ਼ੈਤਾਨ ਦੇ ਅੰਧਕਾਰ ਦੇ ਵਿੱਚੋਂ ਪਰਮੇਸ਼ੁਰ ਮੈਨੂੰ ਕੱਢ ਲਿਆਉਂਦਾ, ਸ਼ੈਤਾਨ ਦੇ ਹੱਥੋਂ ਮੈਨੂੰ ਬਚਾਉਂਦਾ. ਪਰਮੇਸ਼ੁਰ ਖੁਦਾਵੰਦ, ਮੈਂ ਤੇਰੀ ਤਾਰੀਫ ਕਰਦਾ. ਪਰਮੇਸ਼ੁਰ, ਤੇਰੇ ਲਹੂ ਦੀ ਮੈਂ ਤਾਰੀਫ ਕਰਦਾ. ਪਰਮੇਸ਼ੁਰ, ਤੇਰੀ ਹਰ ਇੱਕ ਦਇਆ ਦੇ ਲਈ, ਪਰਮੇਸ਼ੁਰ, ਤੇਰੀ ਹਰ ਇੱਕ ਭਲਾਈ ਦੇ ਲਈ ਮੈਂ ਤੇਰੀ ਤਾਰੀਫ ਕਰਦਾ. ਪਰਮੇਸ਼ੁਰ, ਸੋ ਸਭ ਜਣ ਆਪਣੇ ਹੋਟਾਂ ਨੂੰ ਖੋਲ੍ਹਦਾ ਹੈ, ਗੈਰ ਜ਼ੁਬਾਨ 'ਚ ਪ੍ਰਾਰਥਨਾ ਕਰੋ. ਪਰਮੇਸ਼ੁਰ ਦੀ ਸਾਮਰਥ ਨੂੰ ਮੰਗੋ, ਉਹਦੀ ਪ੍ਰੈਜੈਂਸ ਨੂੰ ਮੰਗੋ. ਖੁਦਾਵੰਦ, ਕਿ ਖੁਦਾਵੰਦ, ਅੱਜ ਜਦ ਮੈਂ ਤੇਰੀ ਪ੍ਰੈਜੈਂਸ ਦੇ ਵਿੱਚ ਮੈਂ ਜਿੱਦਾਂ ਉਹਦਾ ਵਾਪਸ ਨਹੀਂ ਜਾਵਾਂਗਾ, ਮੇਰਾ ਫੇਥ ਆ, ਕਿਉਂਕਿ ਮੈਂ ਆਇਆ ਨਹੀਂ ਬਲਕਿ ਲਿਆਇਆ ਗਿਆ, ਨਾ ਤਾਂ ਬਲ ਨਾਲ, ਨਾ ਤਾਂ ਸ਼ਕਤੀ ਨਾਲ, ਪਰ ਤੇਰੀ ਆਤਮਾ ਦੇ ਦੁਆਰਾ ਸਾਮਰਥੀ. ਪਰਮੇਸ਼ੁਰ ਲਾਰਡ, ਅੱਜ ਤੂੰ ਮੇਰੇ ਉੱਤੇ ਤਰਸ ਖਾ. ਖੁਦਾਵੰਦ ਯਹੋਵਾ, ਖੁਦਾਵੰਦ, ਅੱਜ ਸਾਡੇ ਉੱਤੇ ਤਰਸ ਖਾ. ਕਹਿੰਦਿਆਂ ਹਾਂ ਕਿ ਪਰਮੇਸ਼ੁਰ, ਅੱਜ ਮੈਂ ਤੈਨੂੰ ਪੁਕਾਰਦਾ ਵਾਂ. ਪਰਮੇਸ਼ੁਰ, ਰੇ ਬੋਰੋ ਸ਼ੇਖੇ ਥੇਨੇ ਲੇ ਰੇ ਬੇਰੇ, ਸ਼ੇਖੇ ਥੇਨੇ ਲੇ ਰੇ ਬੇਰੇ, ਰੇ ਬੋਰੋ ਸ਼ੇਖੇ ਥੇਨੇ ਲੇ ਰੇ ਬੋਰੋ, ਸ਼ੇਖੇ ਥੇਨੇ ਲੇ ਰੇ ਬੇਰੇ, ਸ਼ੇਖੇ ਥੇਨੇ ਲੇ ਰੇ ਬੇਰੇ.
रबाया काता नला रबारा शेके तेने ले रे बेरे पवित्र आत्मा एक एक जन नु टच कर खुदावन तेरी सामर्थ एक एक जन दे उत्ते उतरे परमेश्वर खुदावन यहोवा एक एक जन दे जीवन च तेरा पै उतरे परमेश्वर और तेरे डर तेरे पै दे नाल पर जन परमेश्वर पवित्रताई दे नाल पर जन डर दे ते काम दे होया परमेश्वर तेरी प्रेजेंस विच प्रवेश करन तेरी प्रेजेंस दा ऑनर करना सीखन परमेश्वर तेरा आत्मा परमेश्वर इन्हां दी अगुवाही करे खुदावन अज इन्हां नूं परमेश्वर मसा कर परमेश्वर तेरी दया इन्हां नूं अज घेरे तेरा सहायता भरिया हथ इन्हां दे उत्ते आवे परमेश्वर तेरी बरकत तेरे लोगों के उत्ते आवे सामर्थी परमेश्वर तू दया करने वाला परमेश्वर है खुदावन तू बरकता दे नाल भरपूर करने वाला परमेश्वर है खुदावन अज अपने लोगों को ब्लैस कर चंगा कर आजाद कर आशीषित कर परमेश्वर खुदावन क्योंकि जो तेरी वाला अखा लगाते परमेश्वर कभी खुदावन शर्मिंदा नहीं होंगे बेजत नहीं होंगे परमेश्वर और खुदावन तेरे लोग तेरी वल अखा लगा के बैठे अपने हत्थां नूं उठा के बैठे परमेश्वर अपनियां जुबानां नूं तेरे अगे खोल दिया परमेश्वर जिस तरह इजरायली तेनूं तकदे सी तेरी दुहाई दिंदे सी परमेश्वर उस तरह तू खुदावन खुदा अज जिस तरह तू इजरायलियां नूं उत्तर दिता अज अपने लोगों नूं उत्तर दे परमेश्वर इन्हां दीआं दुहाईआं दे उत्ते कन्न लगा क्योंकि तू साडा सच्चा जिंदा परमेश्वर आ जो सानूं सुणदा वा जो सानूं वेखदा साडे लई बोलदा साडे लई कार्य करदा परमेश्वर सो कहो कि परमेश्वर अज तेरा मसा मेरे जीवन दे उत्ते आवे लॉर्ड अज उस मसा दे द्वारा मेरे जीवन चो बंधन तोड़ दे परमेश्वर यीशु मसीह दे नाम दे खुदावन मैनू मसा दे मसा दे मसा दे प्रभु यीशु मसीह दे नाम दे खुदावन तेरी अनॉइंटिंग तेरा मसा तेरे लोगों ते उतरे खुदावन जिदा ये प्रार्थना कर तेरा मसा तेरे लोगों नू टच करे परमेश्वर मसा कर इन्हां दे होठां नू उन्हां दीआं जुबानां नू उन्हां दीआं सोचां नू उन्हां दी जिंदगी नू मसा कर खुदावन यहोवा परमेश्वर मसा कर एक एक जन नू परमेश्वर मसा कर पवित्र आत्मा आई तेरे लहू दी सामर्थ इन्हां दे लई बोले परमेश्वर ऐ खुदावन तेरे लहू दी सामर्थ इन्हां नू चंगा करे परमेश्वर तेरे जीवित हथ परमेश्वर इन्हां नू संभाले खुदावन ऐ यहोवा खुदावन जिस तरह तू पूरी रात संभालिया परमेश्वर आई तेरे जीवित हथ तेरे दूत तेरे एंजल्स परमेश्वर इन्हां नू पूरा दिन संभालन पिता तेरा ग्रेस इन्हां ते उतरे हर डिसग्रेस इन्हां दी लाइफ चो आउट होवे खुदावन हर फेलियर स्पिरिट आउट होवे परमेश्वर हर अंधकार दी शैतानी ताकत इन्हां नू छड़ के जावे परमेश्वर प्रभु यीशु मसीह तेरी दया इन्हां नू घेरे खुदावन खुदा करदिया होया प्रार्थना कहते हैं कि परमेश्वर मेरी जान तेन मुबारक दे तेन तन आख दिया यहोवा परमेश्वर रे बोरो शेके तेने ले रे बोरो शेके तेने ले रे बेरे शेके तेने ले रे बेरे शेके तेने ले रे बेरे खे तेने ले रे बोरो शेके तेने ले रे बेरे सो कहते हैं कि परमेश्वर खुदावन तेरे वचन दे विच लिखिया जेड़े यहोवा उत्ते भरोसा रखते हैं वह सय्यून दे पहाड़ वर्गे हैं जो नहीं डोलता सगो सदा लई अटल रहिंदा जिवें पहाड़ यूशरम के आले दुआले हैं तीवें यहोवा अपनी परजा के आले दुआले हैं हुण तो लैके स्तीप काल तिक हे यहोवा खुदावन यहोवा परमेश्वर असी विश्वास करते परमेश्वर कि तू अपने लोगों के आले दुआले रहने वाला परमेश्वर सदीप काल तिक यहोवा असी तेरे ते भरोसा रखिया परमेश्वर खुदावन यहोवा तू साडे पैरां नू हिरनी दे जिहा पैरां जिहा बनाउण वाला परमेश्वर है खुदावन तू सानू उत्थे लैके जाण वाला परमेश्वर जिथे दुध ते शहद दीआं नदियां वगदीआं परमेश्वर तू सानू उच्चे लोकां विच खड़ा करन वाला तू सानू आदर दिवाउण वाला परमेश्वर साडे ऑनर नू वधाउण वाला परमेश्वर सानू ग्रेस देन वाला परमेश्वर सानू चमकाउण वाला परमेश्वर उस तरमी दे प्रकाश दी तरह जो सूर्य दिन आए दिनों दिन वधदा जांदा सो कहो कि परमेश्वर मैं और मेरा कराना यहोवा दी ही उपासना करांगे कहंदे हां कि परमेश्वर मेरी वाचा वा तेरे नाल खुदावन और मैं अंगीकार करदा परमेश्वर खुदावन क्योंकि तू मैनू मेरे मुँह दे विच सामर्थ दित्ती है मैं जो बोलांगा तू मेरे लिए कर देवेंगा परमेश्वर मेरे शब्दां दे द्वारा परमेश्वर मैं अपनी लाइफ नू खुदावन तैयार ऐ खुदावन अज मेरी लाइफ नू फिर तो तैयार कर परमेश्वर फिर तो मेरी लाइफ नू खड़ा कर परमेश्वर मेरी हर टुट्टी चीज नू फिर तो जोड़ दे खुदावन यहोवा परमेश्वर खुदावन दया कर दे दया कर दे दया कर दे परमेश्वर अज मेरे शब्दां दे द्वारा खुदावन यहोवा परमेश्वर खुदावन मेरी लाइफ नू तैयार कर दे मैनू चमका दे परमेश्वर फिर तो उस धर्मी दे प्रकाश दी तरह परमेश्वर ऐ यहोवा तू धर्मियां ते खुदावन बिपताउण दी पर तू उहनां विचों उहनां नू कढ लैना परमेश्वर तेरे वचन दे विच लिखिया खुदावन यहोवा तू कह जिथे तेरा आत्मा उत्थे आजादी आ परमेश्वर मैं विश्वास करदा अज मैं तेरी दुहाई दे रहा और तेरा आत्मा साडे विचों सानू आजाद कर रहा सानू चंगे कर रहा परमेश्वर क्योंकि मैं और मेरा कराना तेरी ही स्तुति तेरी ही आराधना करांगे परमेश्वर
असी तेनों ही प्यार करांगे परमेश्वर। मेरा सिर और मेरे मेरी एक एक चीज खुदावन तेरे ही अगे चुकेगी परमेश्वर। खुदावन तू दया करने वाला परमेश्वर है। खुदावन तेरी हर एक भलाई नूं मैं याद कर दिया, तेरा धन्यवाद करदा पिता। रेखो तो नो लो रो बोरो शिखे थे ने ले रे बेरे। सो इसे तरह इस प्रार्थना दे द्वारा परमेश्वर दी वर्ड नू लैन दे लई तैयार हो जाओ। कहो कि परमेश्वर मैं तैयार होना जिस वचन नू तू अपने नाम ते महत्वपूर्ण आदर दिना परमेश्वर। अज उहदा मैं ऑनर करदा हां, आदर करदा हां परमेश्वर, उहदे अगे झुकदा हां, अपने आप नू खाली करदा हां परमेश्वर। मैं तेरे वचन नू ग्रहण करन दे लई तैयार हां पिता। अज दा तेरे वचन दा बीज जल मेरे अंदर जावे, मेरी लाइफ नू रीबिल्ड करे, रिस्टोर करे परमेश्वर, मेनू फिर तो डिगे हुन खड़ा करे परमेश्वर। अज तेरा वचन मेरे नाल गल करे परमेश्वर, और मेरे लिए रस्तियां नू खोले परमेश्वर, बंधन तोड़े, कर्ज तोड़े परमेश्वर। मेरा फेथ आ खुदावन, अज तू मेरी आत्मिक अखा नू खोलेगा अपने वचन दे द्वारा परमेश्वर, आत्मिक कन्ना नू खोलेगा परमेश्वर, मेरे मन नू शुद्ध करेगा, मेरे विवेक नू जीवित करेगा परमेश्वर। क्योंकि तेरा वचन ही है जो मेरे लिए खुदावन मेरे राहां दे लई दीपक बन जांदा परमेश्वर। खुदावन मैनू चानन दिंदा परमेश्वर, और मेरियां राहां नू चमका दिंदा परमेश्वर, मैनू अच्छे ते बुरे दी पाल करना सिखाउंदा परमेश्वर। खुदावन यहोवा मैनू अच्छाई दे वल लजांदा और बुराई तो मैनू दूर करदा पिता। तेरी इस वचन दे लई परमेश्वर, तेरी इस मुंह दीआं गल्लां दे लई, अज दे रोज दी रोटी दे लई, इस जीवन दीआं गल्लां दे लई पिता मैं तेरा धन्यवाद करदा। और मेरी प्रार्थना प्रभु यीशु मसीह दे नाम च खुदावन, जिन्हें जन अज दे इस वर्ड नू पढ़न सुनन परमेश्वर, इस ते मनन करन, अज पूरा दिन जो इस वचन दे अनुसार चलन परमेश्वर, ए खुदावन तेरियां हैवनली बरकतां तेरे लोकां ते उतरन, तेरा एक एक वचन दी खुदावन खुदा तेरे लोकां दे उत्ते पूरा होवे प्रभु यीशु मसीह दे जीवित नाम दे विच। सब बोलो आमीन आमीन। जद यहोवा सय्यून दे असीरां नू मोड़ लिया आया, तद असी सुफने वेखण वालियां वर्गी सां, तां साडे मूंह हासे नाल भर गए ਅਤੇ ਸਾਡੀਆਂ ਜੀਭਾਂ ਉੱਤੇ ਜੈਕਾਰਾ ਸੀ। ਕੌਮਾਂ ਵਿੱਚ ਇਹ ਆਖੀ ਦਾ ਸੀ ਪਰ ਯਹੋਵਾ ਨੇ ਉਹਨਾਂ ਲਈ ਵੱਡੇ ਵੱਡੇ ਕੰਮ ਕੀਤੇ ਹਨ। ਯਹੋਵਾ ਨੇ ਸਾਡੇ ਲਈ ਵੱਡੇ ਵੱਡੇ ਕੰਮ ਕੀਤੇ ਹਨ, ਅਸੀਂ ਆਨੰਦ ਹੋਏ ਹਾਂ। ਹੇ ਯਹੋਵਾ, ਸਾਡੇ ਅਸੀਰਾਂ ਨੂੰ ਦੱਖਣ ਦੀਆਂ ਨਦੀਆਂ ਵਾਂਗੂ ਮੋੜ ਲਿਆ ਆ। ਜਿਹੜੇ ਅੰਜੂਆਂ ਨਾਲ ਬੀਜਦੇ ਹਨ ਉਹ ਜੈਕਾਰਿਆਂ ਨਾਲ ਵੱਢਣਗੇ। ਜਿਹੜਾ ਬੀਜ ਲਈ ਬੀਜ ਚੁੱਕ ਕੇ ਰੋਂਦਿਆ ਜਾਂਦਾ ਹੈ ਉਹ ਜ਼ਰੂਰ ਜੈਕਾਰਿਆਂ ਨਾਲ ਭਰੀਆਂ ਚੱਕ ਕੇ ਆਵੇਗਾ। ਸਭ ਬੋਲੋ ਆਮੀਨ ਆਮੀਨ। ਥੈਂਕ ਯੂ ਜੀਸਸ। ਮੇਰੀ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਜਿਹਨੇ ਅੱਜ ਅੰਜੂਆਂ ਦੇ ਨਾਲ ਬੋਰਿਆ ਤੁਸੀਂ, ਇਹ ਅੱਜ ਤੁਹਾਡਾ ਦਿਨ ਆ ਕਿ ਤੁਸੀਂ ਜੈਕਾਰਿਆਂ ਦੇ ਨਾਲ ਭਰੀਆਂ ਚੁੱਕ ਕੇ ਉਹਦੇ ਘਰ ਦੇ ਵਿੱਚ ਪਰਮੇਸ਼ੁਰ ਤੁਹਾਨੂੰ ਵੱਡੀਆਂ ਗਵਾਈਆਂ ਦੇ ਨਾਲ ਲੈ ਕੇ ਆਵੇ। ਸਾਰੇ ਪਰਮੇਸ਼ੁਰ ਵਚਨ ਦੇ ਅਨੁਸਾਰ ਸਾਰੇ ਬੰਧਨਾਂ ਨੂੰ ਤੋੜੇ ਪਰਮੇਸ਼ੁਰ, ਜੋ ਵੱਡੇ ਵੱਡੇ ਕੰਮ ਜੋ ਖੁਦਾਵਨ ਆਪਣੇ ਲੋਕਾਂ 'ਚ ਵਿਖਾਉਂਦਾ ਉਹ ਅਚੰਭੇ ਕੰਮ ਅੱਜ ਪਰਮੇਸ਼ੁਰ ਤੁਹਾਨੂੰ ਦਿਖਾਵੇ। ਤੁਹਾਡੀਆਂ ਜ਼ਿੰਦਗੀਆਂ ਤੁਹਾਡੇ ਘਰਾਨੇ ਸੇਵ ਨਾ ਰਹਿਣ, ਅੱਜ ਦਾ ਵਚਨ ਤੁਹਾਡੇ ਜੀਵਨਾਂ 'ਚ 100 ਗੁਣਾ ਫਲ ਲੈ ਕੇ ਆਵੇ। ਰੇ ਬੋਰੋ ਸ਼ੇਕੇ ਤੇਨੇ ਲੇ ਰੇ ਬੋਰੋ ਸ਼ੇਕੇ ਤੇਨੇ ਲੇ ਰੇ ਬੋਰੋ ਸ਼ੇਕੇ ਤੇਨੇ ਲੇ ਰੇ ਬੋਰੋ ਯੋਖੋ ਤੋਨੋ ਲੋਰ ਪਰਮੇਸ਼ੁਰ, ਜੇ ਆਪਣੇ ਵੱਡੇ ਵੱਡੇ ਕੰਮ ਤੁਹਾਡੇ ਲਈ ਕਰਨ ਪਰਮੇਸ਼ੁਰ ਖੁਦਾਵਨ ਯਹੋਵਾ, ਪਰਮੇਸ਼ੁਰ ਤੁਹਾਨੂੰ ਆਨੰਦਿਤ ਕਰੇ, ਪਰਮੇਸ਼ੁਰ ਤੁਹਾਨੂੰ ਉੱਚੀਆਂ ਸਥਾਨਾਂ ਵਿੱਚ ਲੈ ਕੇ ਜਾਵੇ। ਮੇਰੀ ਪ੍ਰਾਰਥਨਾ ਪਰਮੇਸ਼ੁਰ ਟੁੱਟੇ ਘਰਾਂ ਨੂੰ ਫਿਰ ਤੋਂ ਜੋੜੇ, ਪਰਮੇਸ਼ੁਰ ਤੁਹਾਡੀ ਮਿਹਨਤ ਤੋਂ ਵਿਅਰਥ ਨਾ ਜਾਣ ਦੇਵੇ। ਜੋ ਯਹੋਵਾ ਦੀ ਸ਼ਰਨ ਆਉਂਦੇ ਆ ਕਦੀ ਬੇਇੱਜ਼ਤ ਅਤੇ ਸ਼ਰਮਿੰਦਾ ਨਹੀਂ ਹੁੰਦੇ। ਮੇਰੇ ਪਰਮੇਸ਼ੁਰ ਦੀ ਸਾਮਰਥ ਅੱਜ ਤੁਹਾਨੂੰ, ਪਰਮੇਸ਼ੁਰ ਦਾ ਜੀਵਿਤ ਹੱਥ ਮੇਰਾ ਪਰਮੇਸ਼ੁਰ ਯਿਸੂ ਮਸੀਹ ਤੁਹਾਨੂੰ ਅੱਜ ਸ਼ਰਮਿੰਦਿਆਂ ਨਾ ਹੋਣ ਦੇਵੇਗਾ, ਤੁਹਾਨੂੰ ਜੈਕਾਰਿਆਂ ਦੇ ਨਾਲ ਵਾਪਸ ਲੈ ਕੇ ਆਵੇਗਾ, ਆਨੰਦਿਤ ਕਰਕੇ ਅੱਜ ਪਰਮੇਸ਼ੁਰ ਤੁਹਾਨੂੰ ਪਰਮੇਸ਼ੁਰ ਦੇ ਘਰ ਦੇ ਵਿੱਚ ਵੱਡੀਆਂ ਗਵਾਈਆਂ ਦੇ ਨਾਲ ਲੈ ਕੇ ਆਵੇਗਾ। ਸੋ ਸਭ ਜਨ ਫਾਇਰ ਪ੍ਰਾਰਥਨਾ ਦੇ ਲਈ ਰੈਡੀ ਹੋ ਜਾਓ, ਮੱਸਾਂ ਨੂੰ ਮੰਗੋ। ਪਰਮੇਸ਼ੁਰ ਤੇਰਾ ਆਤਮਾ ਖੁਦਾਵਨ ਅੱਜ ਮੈਨੂੰ ਤਿਆਰ ਕਰੇ ਸਪਿਰਿਟ ਦੇ ਵਿੱਚ, ਆਤਮਾ ਦੇ ਵਿੱਚ ਪਿਤਾ। ਮੈਂ ਸਰੀਰ 'ਚੋਂ ਬਾਹਰ ਨਿਕਲਾਂ ਪਰਮੇਸ਼ੁਰ, ਮੈਂ ਇਸ ਦੁਨੀਆਂ ਦੇ ਵਿੱਚ ਹਾਂ ਪਰ ਦੁਨੀਆਂ ਦਾ ਨਹੀਂ ਹਾਂ ਖੁਦਾਵਨ। ਮੈਂ ਵਿਸ਼ਵਾਸ ਕਰਦਾ ਤੂੰ ਮੈਨੂੰ ਅਲੱਗ ਕਰੇਗਾ ਪਿਤਾ, ਤੂੰ ਮੇਰੇ ਉੱਠਣੇ ਬੈਠਣੇ ਨੂੰ, ਮੇਰੀ ਲਾਈਫ ਨੂੰ, ਮੇਰੀ ਲਾਈਫ ਚੇਂਜਿੰਗ ਟੈਸਟ ਮਨੀ ਨੂੰ ਦੇਵੇਂਗਾ, ਮੇਰੇ ਘਰਾਨੇ ਨੂੰ ਚੇਂਜ ਕਰੇਗਾ ਪਰਮੇਸ਼ੁਰ। ਤੇਰਾ ਉਧਾਰ ਮੇਰੇ ਘਰਾਨੇ ਦੇ ਉੱਤੇ ਆਵੇਗਾ ਪਰਮੇਸ਼ੁਰ, ਮੇਰੇ ਬੱਚਿਆਂ 'ਤੇ ਆਵੇਗਾ, ਮੇਰੇ ਹਸਬੈਂਡ ਮੇਰੀ ਵਾਈਫ 'ਤੇ, ਮੇਰੇ ਮਾਤਾ ਪਿਤਾ ਮੇਰੇ ਭੈਣ ਭਾਈਆਂ 'ਤੇ ਆਵੇਗਾ ਪਰਮੇਸ਼ੁਰ। ਔਰ ਮੇਰੀ ਪ੍ਰਾਰਥਨਾ ਜਿੰਨੇ ਘਰ ਟੁੱਟ ਚੁੱਕੇ ਆ ਸ਼ਤਾਨ, ਜਿੰਨੇ ਘਰਾਂ ਨੂੰ ਤੋੜ ਰਿਹਾ, ਜਿੰਨੀਆਂ ਮੈਰਿਡ ਲਾਈਫ ਨੂੰ ਤੋੜ ਰਿਹਾ ਵਾ, ਕਪਲਸ ਨੂੰ ਤੋੜ ਰਿਹਾ ਵਾ, ਅੱਜ ਹਰ ਇੱਕ ਉਹ ਦੁਸ਼ਟ ਆਤਮਾ ਜੋ ਤੁਹਾਡੇ ਘਰਾਂ ਪਰਿਵਾਰਾਂ ਨੂੰ ਤੋੜਨਾ ਚਾਹੁੰਦੀ ਆ, ਤੋੜ ਰਹੀ ਆ, ਜੋ ਤੋੜ ਚੁੱਕੀ ਆ, ਅੱਜ ਹਰ ਇੱਕ ਉਹ ਦੁਸ਼ਟ ਆਤਮਾ ਦੇ ਉੱਤੇ, ਹਰ ਇੱਕ ਉਹ ਜਾਦੂ ਟੋਣੇ ਦੇ ਉੱਤੇ, ਹਰ ਇੱਕ ਉਹ ਸ਼ੈਤਾਨੀ ਯੋਜਨਾ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ ਉਤਰੇ, ਅੱਗ ਉਤਰੇ, ਅੱਗ ਉਤਰੇ, ਅੱਗ ਉਤਰੇ, ਅੱਗ ਉਤਰੇ, ਅੱਗ ਉਤਰੇ। ਇਹ ਪਰਮੇਸ਼ੁਰ ਤੇਰੀ ਫਾਇਰ ਦੇ ਦੁਆਰਾ
हर कलेश दिया आत्मावा तोड़न वाली गंदिया जादू टोने दुष्ट आत्मावा इन्हों घर परिवार इन्हों मैरिज लाइफ चो आउट होन आउट होन आउट होन इन द नेम ऑफ जीसस devil catch fire catch fire catch fire catch fire jenu yahova ne jodya nu tu kadi tod nahi sakda devil aj main tere te fire release kar di ha tu jittho kitho vi aj pavitra atma di agg tere te utre aur tenu nash kare pavitra atma tera massa utre devil de te todan wali har gandi atma de te holy ghost teri fire utre 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 रे बोरो शेके ते नेले रे बेरे शेके ते नेले रे बोरो शेके ते नेले रे बोरो शेके ते नेले रे बेरे सो कवो की हे परमेश्वर हर एक को आत्मा जो मेरे हत्था दी कमाई नु खांदा परमेश्वर हर एक को डेबोरा स्पिरिट जो मेरे हत्था दी कमाई नु मेरे फाइनेंस नु खांदी फजूली खर्ची दे वल लगांदी जिन्नी मेरी मेहनत आ वह व्यर्थ चीजा दे वल लग जांदी जिन्नी मेरी कमाई व्यर्थ चीजा दी वल जांदी आ खुदा वन हरे को खाण वाली गंदी दुष्ट आत्मा दे उते हरे को जादू टोने दे उते फजूली खर्ची दे उते नुकसान दे उते होली गोस तेरी फायर उतरे 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 कि वचन दे विच लिखिया तू अपने हाथ दी कमाई नु जरूर खावेगा तू तन होवेगा अते तेरा भला होवेगा सो कहिंदा कि परमेश्वर मैं विश्वास करदा हर एक दुष्ट आत्मा जो मेरी कमाई नू खांदो छड़ के जा चुकिया परमेश्वर और मैं खुदावन तेरे वचन दे अनुसार परमेश्वर मैं अपनी कमाई नू खावांगा परमेश्वर मैं तेरे घर दे विच अपनियां दसवंत भेटां लेके आवांगा परमेश्वर खुदावन तू मेरी मेरे उत्ते खुदावन भलियाई नू दिखावेगा परमेश्वर और मैं डांटदा हर एक दुष्ट आत्मा नू कहो कि मैं अपने घर परिवार चो हर एक दुष्ट आत्मा नू डांटदा वा डांट दिया जो मैं साड़ियां कमाइयां नू खांदी आ परमेश्वर उस उत्ते तेरी फायर उतरे फायर उतरे फायर उतरे फायर उतरे फायर उतरे रे बेरे शेके तेने ले रे बोरो शेके तेने ले रे बेरे शेके तेने ले रे बेरे सो कहंदे हां कि हर एक दुष्ट आत्मा जो मेरे पेट दे फल नू खांदा वा हर एक को दुष्ट आत्मा बांझपन दी गंदी स्पिरिट जो मेरे पेट दे फल नू खा रही आ उस उत्ते पवित्र आत्मा दी अग उतरे 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 और खुदावन मैं विश्वास करदा अज तो बाद मेरी मैं विश्वास कर दी मेरे पेट दा फल मुबारक होवेगा सामर्थी परमेश्वर मैं अब तो बाद मैं अपने पेट दे फल नू देखांगी परमेश्वर मैं तेरा धन्यवाद कर दी परमेश्वर खुदावन यहोवा मैं अपनी प्रेगनेंसी नू देखांगी परमेश्वर मैं विश्वास कर दी परमेश्वर मैं अपने अपने घर दे विच परमेश्वर तेरी उस दया नू देखांगी परमेश्वर देखांगा परमेश्वर थैंक यू जीसस रब्बा शाखा थाना ला राबारा शेके तेने ले रे बेरे और कहो कि परमेश्वर हर एक दुष्ट आत्मा जो मेरी लाइफ दे विच पिछे आ परमेश्वर मैनू फेल करना चाहुंदा परमेश्वर खुदावन यहोवा अज तू अग ना भरिया परमेश्वर बदला लैण वाला परमेश्वर अपने लोगों ते दया करन वाला परमेश्वर अपने लोगों नू उच्चा करन वाला परमेश्वर आ जिन्नियां दुष्ट आत्मा मैनू मेरे बच्चों नू मेरे हसबेंड मेरी वाइफ मेरे फाइनेंस मेरी स्पिरिचुअल फिजिकल लाइफ नू परमेश्वर यहोवा खुदावन खुदा पिछे खिंच दिया मैनू तेरे तो अलग कर दिया परमेश्वर खुदावन मैनू तेरी प्रेजेंस तो अलग कर दिया खुदावन आज जो सब दुष्ट आत्मा दे उत्ते पवित्र आत्मा तेरी अग उतरे 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 हर डिले दी आत्मा फेलियर स्पिरिट तड़िया तड़े घर परिवार चो आउट होन तड़े लोगों चो आउट होन तड़िया जिंदगियां चो आउट होन मैं कमांड कर दी यीशु मसीह दे नाम दे च सो कहो कि हे परमेश्वर जिन्या दुष्ट आत्मावां मेरी स्पिरिचुअल फिजिकल लाइफ नू परमेश्वर अनबैलेंस कर दिया परमेश्वर और मैनू तेरे विच चलन तो रोक दिया मेरे बच्चों नू अनबैलेंस कर दिया परमेश्वर मेरे हसबेंड मेरी वाइफ नू अनबैलेंस कर दिया परमेश्वर उन्हां सब दुष्ट आत्मा दे उत्ते पवित्र आत्मा दी अग उतरे 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 कहो कि परमेश्वर मैनू रिस्ट्रोक कर परमेश्वर मैनू बैलेंस विच लैके आ पवित्र आत्मा मेरी मदद कर पवित्र आत्मा मैं फिर तो स्पिरिचुअली फिजिकली परमेश्वर बैलेंस दे विच आना चाहुंदा परमेश्वर मेरे पापा तो मैनू शुद्ध कर दे परमेश्वर मेरे गुनाह नू मिटा दे परमेश्वर खुदावन खुदा मेरे उत्ते कृपा कर दे सामर्थी परमेश्वर और मेरी प्रार्थना खुदावन यीशु मसीह तड़े ते दया करे तड़े ते कृपा करे तड़े डॉक्यूमेंट्स तड़ियां फाइल्स ते परमेश्वर फेवर दवे
ਤੁਸੀਂ ਅੱਛੀਆਂ ਜੌਬਸ ਦੇ ਨਾਲ ਬਲੈਸ ਹੋਵੋ। ਜਿਹਨੇ ਜਨ ਬਿਮਾਰ ਮੇਰੀ ਇਸ ਪ੍ਰਾਰਥਨਾ ਨੂੰ ਸੁਣ ਰਿਹਾ, ਪਰਮੇਸ਼ਵਰ ਤੁਹਾਨੂੰ ਚੰਗਾ ਕਰ ਚੁੱਕਿਆ। ਮੇਰਾ ਫੇਤ ਆ ਯੇਸ਼ੂ ਮਸੀਹ ਦੇ ਨਾਮ 'ਚ, ਤੁਸੀਂ ਉਹਦੇ ਕੋੜੇ ਖਾਣ ਨਾਲ ਚੰਗੇ ਹੋ ਚੁੱਕੇ, ਤੁਹਾਨੂੰ ਬਿਮਾਰੀਆਂ ਦੇ ਬਿਸਤਰਿਆਂ ਤੋਂ ਖੜਾ ਕਰ ਚੁੱਕਿਆ ਵਾ, ਤੁਹਾਨੂੰ ਉਠਾ ਚੁੱਕਿਆ ਵਾ, ਉਹ ਤੁਹਾਨੂੰ ਚੰਗਾ ਕਰ ਚੁੱਕਿਆ ਵਾ। ਰੈਡੀ ਹੋ ਜਾ ਉਹਦੀ ਗਵਾਹੀ ਦੇ ਲਈ, ਉਹਦੀ ਗਵਾਹ ਬਣ ਕੇ ਉਹਦੀ ਮਹਿਮਾ ਕਰਨ ਦੇ ਲਈ। ਕਿਉਂਕਿ ਜਦੋਂ ਤੁਸੀਂ ਇੱਕ ਟੈਸਟ ਮਨੀ ਨੂੰ ਪਰਮੇਸ਼ਵਰ ਦੇ ਲਈ ਦਿੰਦੇ ਆ, ਬਿਨਾਂ ਅੱਕਿਆਂ ਥੱਕਿਆਂ ਸੰਗਿਆਂ ਸ਼ਰਮਾਇਆ, ਪਰਮੇਸ਼ਵਰ ਤੁਹਾਡੇ ਲਈ ਹੈਵਨ 'ਚ ਬਿਗ ਬਿਗ ਟੈਸਟ ਮਨੀਸ, ਬਿਗ ਬਿਗ ਬਲੈਸਿੰਗ ਲੈ ਕੇ ਬੈਠੇ ਆ। ਸੋ ਡਰਨਾ ਨਹੀਂ ਆ, ਸ਼ਰਮਾਉਣਾ ਨਹੀਂ ਆ, ਘਬਰਾਉਣਾ ਨਹੀਂ ਆ, ਅੱਕਣਾ ਨਹੀਂ ਆ, ਥੱਕਣਾ ਨਹੀਂ ਆ, ਉਹਦੀ ਮਹਿਮਾ ਦੇ ਲਈ ਟੈਸਟ ਮਨੀਸ ਨੂੰ ਅੱਗੇ ਲੈ ਕੇ ਆਉਣਾ ਵਾ। ਕਿਉਂਕਿ ਤੁਹਾਡੀਆਂ ਗਵਾਹੀਆਂ ਪਰਮੇਸ਼ਵਰ ਦੇ ਪਿਆਰ ਨੂੰ ਔਰਤ ਤੱਕ ਪਹੁੰਚਾਉਂਦੀਆਂ, ਉਹਦੀ ਵਫਾਦਾਰੀ ਨੂੰ ਪਹੁੰਚਾਉਂਦੀਆਂ, ਉਹਦੇ ਵੱਡੇ ਕੰਮਾਂ ਨੂੰ ਦਰਸਾਉਂਦੀਆਂ, ਤਾਂ ਕਿ ਤੁਹਾਡੀਆਂ ਟੈਸਟ ਮਨੀਸ ਦੇ ਦੁਆਰਾ ਬਹੁਤ ਸਾਰਿਆਂ ਦੇ ਲੋਕਾਂ ਦੇ ਫੇਥ ਇਨਕਰੀਜ਼ ਹੁੰਦੇ ਆ। ਪਰਮੇਸ਼ਵਰ ਤੁਹਾਡੇ ਦੁਆਰਾ ਔਰਾਂ ਦੇ ਵਿਸ਼ਵਾਸ ਜੋ ਡਿੱਗੇ ਹੋਏ ਆ, ਜੋ ਟੁੱਟੇ ਹੋਏ, ਜੋ ਨਿਰਾਸ਼ ਆ, ਤੁਹਾਡੀਆਂ ਗਵਾਹੀਆਂ ਦੇ ਦੁਆਰਾ ਪਰਮੇਸ਼ਵਰ ਉਹਨਾਂ ਨੂੰ ਖੜਾ ਕਰਦਾ ਵਾ। ਸੋ ਤੁਸੀਂ ਦਲੇਰ ਹੋ ਕੇ ਟੈਸਟ ਮਨੀਸ ਦੇਣੀਆਂ, ਆਪਣੀਆਂ ਗਵਾਹੀਆਂ ਨੂੰ ਸ਼ੇਅਰ ਕਰਨਾ ਵਾ। ਔਰ ਮੇਰੀ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ 'ਚ, ਪਰਮੇਸ਼ਵਰ ਹੈਵਨ ਤੁਹਾਡੇ ਲਈ ਖੋਲ੍ਹ ਚੁੱਕਿਆ ਵਾ। ਤੁਹਾਡੀਆਂ ਜੌਬ ਸੇਵ ਨਹੀਂ ਆ, ਤੁਹਾਡੇ ਫਾਈਨੈਂਸ ਸੇਵ ਨਹੀਂ ਆ, ਤੁਹਾਡੇ ਬੱਚੇ ਸੇਵ ਨਹੀਂ ਆ, ਤੁਹਾਡੇ ਪੇਟ ਦਾ ਫਲ ਸੇਵ ਨਹੀਂ ਆ, ਤੁਹਾਡੀਆਂ ਮੈਰਿਜ ਲਾਈਫ ਸੇਵ ਨਹੀਂ ਆ, ਤੁਹਾਡੀਆਂ ਜ਼ਿੰਦਗੀਆਂ, ਤੁਹਾਡੇ ਹਾਲਾਤ ਪਰਮੇਸ਼ਵਰ ਬਲੈਸ ਕਰ ਚੁੱਕਿਆ। ਜਿੰਨੇ ਇਹਨਾਂ ਪ੍ਰਾਰਥਨਾਵਾਂ ਨਾਲ ਜੁੜੇ ਹੋਏ ਆ, ਤੁਸੀਂ ਸੁਪਰ ਡੁਪਰ ਬਲੈਸਡ ਆ, ਸੁਪਰ ਡੁਪਰ ਬਲੈਸਡ ਆ। ਪਰਮੇਸ਼ਵਰ ਤੁਹਾਡੀਆਂ ਜ਼ਿੰਦਗੀਆਂ 'ਚ ਵੱਡੇ ਮੌਜੇ ਕਰਨ ਜਾ ਰਹੇ। ਸੋ ਜੁੜੇ ਰਹਿਣਾ ਇਹਨਾਂ ਪ੍ਰਾਰਥਨਾਵਾਂ ਦੇ ਨਾਲ, ਪਰਮੇਸ਼ਵਰ ਦੇ ਪਵਨ ਦੇ ਨਾਲ। ਬਹੁਤ ਸਾਰੀਆਂ ਰੂਹਾਂ ਨੂੰ ਬਚਾਓ, ਖੁਦਾ ਦੇ ਘਰ ਦੇ ਨਾਲ ਉਹਨਾਂ ਨੂੰ ਜੋੜੋ, ਸੰਗਤੀ ਦੇ ਨਾਲ ਜੋੜੋ, ਇਹਨਾਂ ਪ੍ਰਾਰਥਨਾਵਾਂ ਦੇ ਨਾਲ ਜੋੜੋ, ਤਾਂ ਕਿ ਪਰਮੇਸ਼ਵਰ ਤੁਹਾਡੇ ਔਰ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਪਰਮੇਸ਼ਵਰ ਸੇਵ ਨਾ ਛੱਡੇ। ਖੁਦਾਵੰਦ ਸਾਡੇ ਲਈ ਬੈਸਟ ਚੀਜ਼ਾਂ ਲੈ ਕੇ ਬੈਠੇ ਆ, ਬੈਸਟ ਤੋਂ ਬੈਸਟ। ਉਹਨੇ ਕਿਹਾ ਜੋ ਮੇਰੇ ਧਰਮ ਅਤੇ ਰਾਜ੍ਯ ਦੀ ਖੋਜ ਕਰਦਾ, ਹਰ ਅੱਛੀ ਵਸਤੂ ਦੇ ਪਿੱਛੇ ਪੈ ਕੇ ਉਹਨੂੰ ਮਿਲਦੀ ਆ। ਔਰ ਤੁਸੀਂ ਖੋਜ ਕਰਨੀ ਕਿ ਪਰਮੇਸ਼ਵਰ ਮੈਂ ਕਿੱਦਾਂ ਤੇਰੇ ਸੁਸਮਾਚਾਰ ਨੂੰ ਲੈ ਕੇ ਜਾਵਾਂ, ਮੈਂ ਕਿੱਦਾਂ ਔਰ ਰੂਹਾਂ ਨੂੰ ਬਚਾਵਾਂ, ਪਰਮੇਸ਼ਵਰ ਮੇਰੇ ਲਈ ਰਸਤਿਆਂ ਨੂੰ ਖੋਲ੍ਹ, ਮੈਂ ਕਿੱਦਾਂ ਤੇਰੇ ਕੰਮਾਂ ਦੇ ਲਈ, ਤੇਰੇ ਘਰ ਦੇ ਲਈ ਬੋਵਾਂ, ਮੈਂ ਕਿੱਦਾਂ ਤੇਰੇ ਘਰ ਦੇ ਵਿੱਚ ਆ ਸਕਾਂ। ਪਰਮੇਸ਼ਵਰ ਮੇਰੇ ਲਈ ਰਸਤਿਆਂ ਨੂੰ ਖੋਲ੍ਹ, ਮੈਨੂੰ ਡਿਵਾਈਨ ਸੈਲਪਰ ਦੇ ਜੋ ਮੈਨੂੰ ਤੇਰੇ ਜੀਵਿਤ ਪਵਨ ਦੇ ਨਾਲ ਜੋੜ ਸਕੇ। ਪਰਮੇਸ਼ਵਰ ਖੁਦਾਵੰਦ ਮੇਰੇ ਲਈ ਏਂਜਲਸ ਰਿਲੀਜ਼ ਕਰ। ਇਸ ਰੀਤੀ ਦੇ ਨਾਲ ਤੁਸੀਂ ਪ੍ਰਾਰਥਨਾਵਾਂ ਕਰਨੀਆਂ ਔਰ ਜੁੜੇ ਰਹਿਣਾ ਇਸ ਗ੍ਰੇਸ ਦੇ ਨਾਲ, ਇਸ ਅਨੋਇੰਟਿੰਗ ਦੇ ਨਾਲ। ਸੋ ਮੈਂ ਤੁਹਾਨੂੰ ਪਰਮੇਸ਼ਵਰ ਦੇ ਹੱਥਾਂ 'ਚ ਸੌਂਪਦੀ, ਤੁਹਾਡੀਆਂ ਗੱਡੀਆਂ, ਤੁਹਾਡੀਆਂ ਵਾਹੀਕਲਸ, ਅੱਜ ਦੇ ਸਾਡੇ ਸਾਰੇ ਕੰਮ ਪਰਮੇਸ਼ਵਰ ਮੁਬਾਰਕ ਕਰੇ। ਹਰ ਬੈਡ ਨਿਊਜ਼ ਨੂੰ ਕੈਂਸਲ ਕਰਦੀ, ਹਰ ਇੱਕ ਐਕਸੀਡੈਂਟ ਦੀ ਸਪਿਰਿਟ ਨੂੰ ਮੈਂ ਕੈਂਸਲ ਕਰਦੀ ਹਾਂ। ਤੁਹਾਨੂੰ ਤੁਹਾਡੇ ਬੱਚਿਆਂ ਕਰਾਉਂਦੇ ਆ, ਤੁਹਾਡੀਆਂ ਗੱਡੀਆਂ, ਵਾਹੀਕਲਸ, ਇੱਕ ਇੱਕ ਚੀਜ਼ ਨੂੰ ਮੈਂ ਯਿਸੂ ਦੇ ਲਹੂ 'ਚ ਛਿਪਾਉਂਦੀ ਹਾਂ। ਗੋਡ ਬਲੈਸ ਯੂ ਆਲ। ਪ੍ਰਭੂ ਯਿਸੂ ਮਸੀਹ ਦੇ ਜੀਵਿਤ ਅਤੇ ਪਵਿੱਤਰ ਨਾਮ ਦੇ 'ਚ ਸਭ ਬੋਲੋ ਆਮੀਨ।